ਇਸ ਵੱਲ ਦੀ ਵੱਡੀ ਖਬਰ ਕੈਬਨਟ ਮੰਤਰੀ ਅਮਨ ਅਰੂੜਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਜਿਏ ਕਿ ਕੈਬਨਟ ਮੰਤਰੀ ਅਮਨ ਅਰੂੜਾ ਨੂੰ ਸੰਗਰੂਰ ਦੀ ਅਦਾਲਤ ਤੋਂ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਦੱਸ ਜਿਏ ਕਿ ਅਮਨ ਅਰੂੜਾ ਨੂੰ ਸੁਨਾਮ ਦੀ ਕੋਰਟ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਅਤੇ ਹੁਣ ਅਮਨ ਅਰੂੜਾ ਦੇ ਵੱਲੋਂ ਉੱਪਰਲੀ ਅਦਾਲਤ ਦੇ ਵਿੱਚ ਉਸ ਸਜ਼ਾ ਨੂੰ ਚੈਲੰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਸੰਗਰੂਰ ਦੀ ਕੋਰਟ ਦੇ ਵੱਲੋਂ ਅਮਨ ਅਰੂੜਾ ਦੀ 2 ਸਾਲ ਦੀ ਸਜ਼ਾ ਦੇ ਉੱਪਰ ਪਕੀਰੋਕ ਲਗਾ ਦਿੱਤੀ ਗਈ ਹੈ ਦੱਸ ਜਿਏ ਕੀ ਕੈਬਨਟ ਮੰਤਰੀ ਅਮਨ ਅਰੂੜਾ ਨੂੰ ਇੱਕ ਪਰਿਵਾਰਕ ਝਗੜੇ ਦੇ ਮਸਲੇ ਦੇ ਵਿੱਚ ਸੁਨਾਮ ਕੋਰਟ ਦੇ ਵੱਲੋਂ ਜਿਹੜੀ ਹੈ ਉਹ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਜਿਸ ਤੋਂ ਬਾਅਦ ਅਮਨ ਅਰੂੜਾ ਦੇ ਉੱਪਰ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਕਿਉਂਕਿ ਇਹ ਸੀਗਾ ਕਿ ਜਦੋਂ سزا ਸੁਣਾਇਆ ਦਿੰਦੇ ਆ ਕਿਸੇ ਪੋਲੀਟੀਕਲ ਬੰਦੇ ਨੂੰ ਕਿਸੇ ਐਮ.ਐਲ.ਏ ਜਾਂ ਮੰਤਰੀ ਨੂੰ ਤਾਂ ਉਸ ਤੋਂ ਬਾਅਦ ਤੁਰੰਤ ਉਹਨੂੰ ਵਿਧਾਇਕੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਤਾਂ ਅਮਨ ਅਰੂੜਾ ਦੇ ਉੱਪਰ ਤਲਵਾਰ ਲਟਕ ਰਹੀ ਸੀ ਕਿ ਇੱਕ ਤਾਂ ਉਹਨਾਂ ਦਾ ਕੈਬਨਿਟ ਮੰਤਰੀ ਦਾ ਪਦ ਵੀ ਜਾਏਗਾ ਔਰ ਦੂਜੇ ਪਾਸੇ ਉਹਨਾਂ ਦੀ ਵਿਧਾਇਕੀ ਵੀ ਜਿਹੜੀ ਆ ਉਹ ਖਾਰਜ ਕਰਨੀ ਪਵੇਗੀ ਤਾਂ ਦੱਸ ਜੀਏ ਕਿ ਅਮਨ ਅਰੂੜਾ ਦੇ ਵੱਲੋਂ ਹੁਣ ਉੱਪਰਲੀ ਅਦਾਲਤ ਦਾ ਜਿਹੜਾ ਰੁਖ ਕੀਤਾ ਗਿਆ ਸੀ ਤਾਂ ਉੱਪਰਲੀ ਅਦਾਲਤ ਤੋਂ ਅਮਨ ਅਰੂੜਾ ਨੂੰ ਵੱਡੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਕਿ ਅਮਨ ਅਰੂੜਾ ਜਿਹੜੇ ਐ ਉਹ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ ਅਤੇ ਸੁਨਾਮ ਤੋਂ ਉਹ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਅਤੇ ਦੱਸ ਦਈਏ ਕਿ 2008 ਦੇ ਮਸਲੇ ਦੇ ਵਿੱਚ ਉਹਨਾਂ ਨੂੰ 2 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ ਇੱਕ ਪਰਿਵਾਰਕ ਝਗੜੇ ਦੇ ਵਿੱਚ ਦੱਸ ਦਈਏ ਕਿ ਅਮਨ ਅਰੂੜਾ ਦੇ ਜਿਹੜੇ ਸਕੇ ਜੀਜਾ ਨੇ ਉਹ ਉਹਨਾਂ ਦੇ ਨਾਲ ਉਹਨਾਂ ਦਾ 2008 ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਅਤੇ ਦੱਸ ਦਈਏ ਕਿ ਜਿਹੜੇ ਅਮਨ अरोड़ा ਦੇ ਜੀਜਾ ਦੀਪਾ ਨੇ ਉਹ ਜਿਹੜੇ ਹੈ ਅਕਾਲੀ ਦਲ ਦੇ ਲੀਡਰ ਨੇ ਅਤੇ ਇਹਨਾਂ ਦਾ ਆਪਸ ਦੇ ਵਿੱਚ 2008 ਦੇ ਵਿੱਚ ਜਿਹੜਾ ਝਗੜਾ ਹੋ ਗਿਆ ਸੀ ਅਤੇ ਝਗੜੇ ਤੋਂ ਬਾਅਦ ਲਗਾਤਾਰ ਇੱਕ ਕੇਸ ਜਿਹੜਾ ਉਹ ਚੱਲਦਾ ਆ ਰਿਹਾ ਸੀ ਤਾਂ ਹੁਣ ਅਮਨ अरोड़ा ਨੂੰ 2 ਸਾਲ ਦੀ ਜਿਹੜੀ ਉਹ ਸਜ਼ਾ ਸੁਣਾਈ ਗਈ ਸੀ ਸੁਨਾਮ ਕੋਰਟ ਦੇ ਵੱਲੋਂ ਤਾਂ ਅਮਨ अरोड़ा ਦੇ ਸਮੇਤ ਉਹਨਾਂ ਦੀ ਮਦਰ ਜਿਹੜੇ ਕਿ 85 ਸਾਲ ਦੀ ਨੇ ਅਤੇ ਕੁਝ ਹੋਰ ਵਿਅਕਤੀਆਂ ਨੂੰ ਇਸੇ ਕੇਸ ਦੇ ਵਿੱਚ 2-2 ਸਾਲ ਦੀ ਜਿਹੜੀ ਉਹ ਸਜ਼ਾ ਸੁਣਾਈ ਗਈ ਸੀ ਅਤੇ ਹੁਣ ਅਮਨ अरोड़ा ਦੇ ਵੱਲੋਂ ਸਿਰਫ ਇਕੱਲਿਆਂ ਹੀ ਹਾਲਾਂਕਿ ਉਹਨਾਂ ਦੇ ਨਾਲ ਕੁਝ ਹੋਰ ਲੋਕਾਂ ਨੂੰ ਵੀ ਸਜ਼ਾ ਜਿਹੜੀ ਸੁਣਾਈ ਗਈ ਸੀ ਪਰ ਅਮਨ अरोड़ा ਨੇ ਕਹਿੰਦੇ ਆ ਕਿ ਇਕੱਲਿਆਂ ਹੀ ਉੱਪਰ ਜਾ ਕੇ ਜਿਹੜੀ ਆ ਅਪੀਲ ਕੀਤੀ ਹੈ ਅਤੇ ਹਾਂ ਹੁਣ ਉਹਨਾਂ ਦੀ ਅਪੀਲ ਨੂੰ ਫੁੱਲ ਪੈਂਦੇ ਨਜ਼ਰ ਆਇਆ ਕਿਉਂਕਿ ਅਮਨ अरोड़ा ਨੂੰ ਇੱਕ ਵੱਡੀ ਰਾਹਤ ਮਿਲਦੀ ਨਜ਼ਰ ਆਈ ਹੈ ਅਮਨ अरोड़ा ਦੀ 2 ਸਾਲ ਦੀ ਸਜ਼ਾ ਦੇ ਉੱਪਰ ਸੰਗਰੂਰ ਦੀ ਜਿਹੜੀ ਆ ਕੋਰਟ ਦੇ ਵੱਲੋਂ ਪੱਕੀ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਅਮਨ ਅਰੂੜਾ ਦੇ ਲਈ ਵੱਡੀ ਰਾਹਤ ਜਿੱਥੇ ਉਹਨਾਂ ਦੀ ਸਜ਼ਾ ਦੇ ਉੱਪਰ ਰੋਕ ਲੱਗ ਗਈ ਹੈ ਇਹ ਹੈ ਤਾਂ ਨਾਲ ਹੀ ਨਾਲ ਉਹਨਾਂ ਦੀ ਜਿਹੜੀ ਇਹ ਵੀ ਵੱਡੀ ਰਾਹਤ ਹੈ ਕਿ ਉਹਨਾਂ ਦਾ ਮੰਤਰੀ ਪਦ ਵੀ ਬਚ ਗਿਆ ਅਤੇ ਨਾਲ ਹੀ ਨਾਲ ਉਹਨਾਂ ਦੀ ਵਧਾਈਕੀ ਵੀ ਖਾਰਜ ਹੋਣ ਤੋਂ ਜਿਹੜੀ ਆ ਉਹ ਬਚ ਗਈ ਹੈ ਕਿਉਂਕਿ ਜਦੋਂ ਕਿਸੇ ਪੋਲੀਟੀਕਲ ਲੀਡਰ ਨੂੰ ਕਿਸੇ ਐਮਐਲਏ ਮੰਤਰੀ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਸੁਪਰੀਮ ਕੋਰਟ ਕਈ ਹਾਈ ਕੋਰਟੀਆਂ ਜਿਹੜੀਆਂ ਉਹ ਜੱਜ ਜਜਮੈਂਟਾਂ ਵੀ ਨੇ ਜਿਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਦੋਂ ਤਕਰੀਬਨ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਉਸ ਲੀਡਰ ਨੂੰ ਤੁਰੰਤ ਵਿਧਾਇਕੀ ਤੋਂ ਅਸਤੀਫਾ ਜਿਹੜਾ ਉਹ ਦੇਣਾ ਪੈਂਦਾ ਹੈ ਤਾਂ ਹੁਣ ਜਿਹੜਾ ਅਮਨ ਅਰੋੜਾ ਦੇ ਉੱਪਰ ਤਲਵਾਰ ਜਿਹੜੀ ਉਹ ਲਟਕ ਰਹੀ ਸੀ ਪਰ ਹੁਣ ਅਮਨ ਅਰੋੜਾ ਦੀ ਸਜ਼ਾ ਦੇ ਉੱਪਰ ਜਿਹੜੀ ਆ ਰੋਕ ਲੱਗੀ ਹੈ ਜਿਸ ਤੋਂ ਬਾਅਦ ਅਮਨ ਅਰੋੜਾ ਨੂੰ ਜਿੱਥੇ ਸਜ਼ਾ ਰੋਕਣ ਦੇ ਕਾਰਨ ਇੱਕ ਵੱਡੀ ਰਾਹਤ ਹੈ ਦੂਜੇ ਪਾਸੇ ਉਹਨਾਂ ਦੀ ਵਿਧਾਇਕੀ ਅਤੇ ਮੰਤਰੀਪਦ ਦਾ ਅਹੁਦਾ ਵੀ ਜਿਹੜਾ ਉਹ ਬਚ ਗਿਆ ਰੋਜ਼ਾਨਾ ਲੋਕਨਾ ਟਿਵੀ